ਕਿ ਚਲੋ ਹੁਣ ਇਹ ਇਹਨਾਂ ਦੇ ਕੰਡ ਵਹਾ ਦਿੱਤੀ ਅਸੀਂ ਤਾਂ ਨਹੀਂ ਨਾ ਵਹਾਣੀ ਇਹ ਗੱਲ ਤੁਹਾਡੀ ਕੰਡ ਵੀ ਵੱਡੀ ਹੈ ਜੀ ਵਿੱਚ ਭਾਵੇਂ ਬੈਨਰ ਲਾ ਲਓ ਵਿੱਚ ਪੈਸੇ ਕੋਈ ਨਹੀਂ ਤੁਹਾਡੇ ਪੈਸੇ ਕੱਢ ਮੈਂ ਤੇ ਤੂੰ ਮੈਨੂੰ ਡਾਂਸ ਵਹਾਇਆ ਮੈਂ ਪੈਸੇ ਕੱਢਾਂ ਡਾਂਸ ਵਹਾਇਆ ਤੂੰ ਇੱਥੇ ਕੀ ਹੋਟਲ ਤੇ ਆਇਆ ਜੀ ਫੇਰ ਯਾਦ ਰੱਖਣਾ ਇਸ ਵੀਡੀਓ ਵਾਸਤੇ ਸਾਡੇ ਨਾਲ ਤਾਵਨ ਕੀਤਾ ਹੈ ਜੱਦਾ ਤੋਂ ਮਦਾਮ ਜ਼ਮਜ਼ਮ ਟੂ ਨਾਈਟ ਰੈਸਟੋਰੈਂਟ ਵਾਲਿਆਂ ਨੇ ਜਿਹੜੇ ਅਲੀ ਪੱਪੂ ਸਾਹਿਬ ਨੇ ਸਾਡੇ ਬਹੁਤ ਪਿਆਰੇ ਭਰਾ ਨੇ ਤੇ ਆਓ ਹੁਣ ਵੀਡੀਓ ਵੇਖਨੇ ਆ ਮੇਰੀ ਨਾ ਤਨਖਾਹ ਵਧਾ ਦਿਓ ਮੈਂ ਕਿੱਡੀ ਮਿਹਨਤ ਕਰਨਾ ਦੇਖ ਲਓ ਤੁਹਾਡੇ ਸਾਹਮਣੇ ਕੰਮ ਭਾਜੀ ਮੈਂ ਕਿਹੜਾ ਪੁੱਠੀ ਪਲੇਟ 'ਚ ਸਾਲਣ ਪਾ ਕੇ ਦਿੰਦਾ ਓਕੇ ਮੈਂ ਕਰ ਹੀ ਰਿਹਾ ਨਾ ਮੈਂ ਇੰਨੇ ਦਿਨਾਂ ਦਾ ਕੰਮ ਭਾਜੀ ਕਰ ਰਹੇ ਆ ਸਾਰੇ ਬੰਦੇ ਵਿਹਲੇ ਬੈਠੇ ਰਹਿੰਦੇ ਇਹਨਾਂ ਨੂੰ ਪੁੱਛਦੇ ਨਹੀਂ ਤੁਸੀਂ ਉਹ ਤੋਂ ਇਹਨਾਂ ਨੂੰ ਇਹ ਵੀ ਬਣਾ ਕੇ ਦਿੱਤਾ ਭਾਵੇਂ ਬਗੈਰ ਪੈਂਟ ਤੋਂ ਖੜੇ ਰਹਿਣ ਉੱਥੇ ਮੈਨੂੰ ਸਾਰਾ ਭੱਜ ਨੱਸ ਕਰਨੀ ਪੈਂਦੀ ਹੈ ਹਾਂ ਤੁਹਾਨੂੰ ਵੈਸੇ ਇੱਕ ਗੱਲ ਟੇਸਟ ਬੜਾ ਚੰਗਾ ਇਹਨਾਂ ਸਾਰਿਆਂ ਨੂੰ ਹਾਂਡੀ ਜਿਹੜੀ ਬਣਾਉਂਦੇ ਮਜ਼ਾ ਆ ਜਾਂਦਾ ਭਗਵਾਨ ਮੈਂ ਤਾਂ ਆਪ ਜਿੰਨੇ ਪੈਸੇ ਲੈਂਦਾ ਨਾ ਉਹਨੇ ਦੀ ਰੋਟੀ ਖਾ ਜਾਂਦਾ ਇੱਥੋਂ ਆਓ ਜੀ ਸਲਾਮ ਅਲੈਕੁਮ ਕੀ ਹਾਲ ਹੈ ਸਰ ਠੀਕ ਹੈ ਸਰ ਕੋਈ ਬੋਤਲ ਕੋਕ ਦੱਸੋ ਨਹੀਂ ਨਹੀਂ ਮੈਨੂੰ ਪਿਆਉਣੀ ਤੁਸੀਂ ਨਹੀਂ ਮੈਂ ਕਿਹਾ ਮੈਨੂੰ ਪਿਆਉਣੀ ਤੁਸੀਂ ਹਾਂ ਭਗਵਾਨਾ ਲਾ ਜਰਾ ਰੌਣਕ ਵਜਾ ਕੇ ਵਿਖਾਇਆ ਕਰ ਕਿਆ ਬਾਤ ਕਰ ਬੈਠੀ ਹਾਂ ਪਿਆਰ ਵੰਜਲੀ ਵਲੜਿਆ ਭੁੱਲੀ ਨਾ ਅੱਜ ਹੀ ਸ਼ਹਿਜ਼ਾਦੇ ਹਾਂ ਖੈਰ ਹੋ ਗਈ ਲਾਈ ਰੱਖ ਰੌਣਕੀ ਨਾ ਅੱਲਾ ਰੱਖਾ ਸ਼ਹਿਜ਼ਾਦਾ ਮੇਰਾ ਚੁੱਕ ਕੇ ਰੱਖ ਤੇਰਾ ਗਾਹਕਾਂ ਨੂੰ ਜਦੋਂ ਬੁਰਕੀ ਪਾਉਣ ਤੂੰ ਵੰਜਲੀ ਵਜਾ ਦੇਣੀ ਲਓ ਜੀ ਰਜ਼ਵਾਨ ਸਾਹਿਬ ਮੈਨੂੰ ਤੁਹਾਨੂੰ ਪਤਾ ਤੇ ਹੈਗਾ ਵੀ ਕਿ ਲਾਹੌਰ 'ਚ ਆਪਣਾ ਬੜਾ ਨਾਮ ਹੈ ਸ਼ੁਕਰੀਆ ਤੇ ਬਸ ਇੰਜ ਹੈਗਾ ਵੀ ਕਿ ਤੁਸੀਂ ਇੱਥੋਂ ਬਿਹਤਰੀਨ ਤੇ ਨੰਬਰ 1 ਕੁਆਲਿਟੀ ਦਾ ਜਿਹੜਾ ਨਾ ਮੈਨੂੰ ਕੱਪੜਾ ਲਾਹੌਰ ਪਹੁੰਚਾਉਣਾ ਤੁਹਾਨੂੰ ਪੇਮੈਂਟ ਵੱਲੋਂ ਤੰਗੀ ਨਹੀਂ ਹੋਏਗੀ ਤੇ ਤੁਹਾਡੇ ਵੱਲੋਂ ਮੈਨੂੰ ਜਿਹੜਾ ਮਾਲ ਦੀ ਤੰਗੀ ਨਹੀਂ ਹੋਣੀ ਚਾਹੀਦੀ ਆਓ ਬੈਠੋ ਆਓ ਜੀ ਆਓ ਬੈਠੋ ਬਿਸਮਿਲ੍ਲਾ ਇੱਕ ਮਿੰਟ ਜੀ ਬੈਠਣ ਤੋਂ ਪਹਿਲੇ ਸਾਨੂੰ ਵੀ ਪੁੱਛੋ ਕਿੱਧਰ ਨਹੀਂ ਜੀ ਤੁਹਾਨੂੰ ਕਿਉਂ ਪੁੱਛਿਆ ਖਾਣਾ ਖਾਣ ਆਇਆ ਜੀ ਖਾਣਾ ਖਾਣ ਆਇਆ ਹਾਂਜੀ ਅੱਛਾ ਮੈਂ ਕਿਹਾ ਫੱਟਾ ਨਾ ਖਾ ਜਾਣਾ ਨਹੀਂ ਨਹੀਂ ਬੈਠੋ ਆਓ ਬੈਠੋ ਆ ਬਈ ਉਸ ਆਪ ਪੀਰੀ ਤੇ ਮਾਲ ਦੇ ਵਿੱਚ ਕਿਸੇ ਕਿਸੇ ਦੀ ਕੋਈ ਕਮੀ ਨਾ ਹੋ ਯਾਰ ਖੁੱਲ੍ਹ ਕੇ ਬੈਠੋ ਭਾਅ ਜੀ ਰਜ਼ਵਾਨ ਸਾਹਿਬ ਕੀ ਗੱਲ ਹੈ ਠੰਡ ਲੱਗਣ ਦੀ ਪੁੱਛੋ ਇੱਧਰ ਆ ਭਾ ਪਲੇਟਾਂ ਭਾਅ ਜੀ ਇੱਧਰ ਕਰ ਲਓ ਇਹ ਨਾ ਹੋਵੇ ਤੁਹਾਡਾ ਲੱਕ ਰੋਟੀ ਖਾ ਜਾਏ ਯਾਰ ਪਲੇਟਾਂ ਲੱਗ ਰਹੀਆਂ ਸਿਰ ਭਾਅ ਜੀ ਮੇਰੇ ਦੋਸਤ ਹੈਗੇ ਨੇ ਜੀ ਭਾਅ ਜੀ ਮੈਂ ਜਰਾ ਖਿਆਲ ਕਰੋ ਜਾਓ ਤੁਹਾਨੂੰ ਮੈਂ ਕਿਹਾ ਮੈਨੂ ਲੈ ਕੇ ਆਓ ਤੁਹਾਡੇ ਦੋਸਤ ਨੇ ਮੈਂ ਕਦੋਂ ਕਿ ਅਭੀ ਤੁਹਾਨੂੰ ਪੱਠੇ ਖਵਾਉਣ ਆਏ ਨੇ ਦੋਸਤ ਨੇ ਮੈਨੂੰ ਪਤਾ ਭਾਅ ਜੀ ਯਾਰ ਦੇਖ ਮੇਰੀ ਸੁਣ ਗੱਲ ਜੀ ਗੱਲ ਇਹ ਨਹੀਂ ਹੈਗੀ ਹੈ ਕਿ ਮੈਂ ਬੜਾ ਨਾਮ ਸੁਣਿਆ ਇਸ ਰੈਸਟੋਰੈਂਟ ਦਾ ਜੀ ਜੀ ਤੇ ਬਿਹਤਰੀਨ ਜਿਹੜਾ ਤੁਹਾਡਾ ਖਾਣਾ ਹੈ ਨਾ ਖਾਣਾ ਤੇ ਭਾਜੀ ਬਿਹਤਰੀਨ ਤਾਰੀਫਾਂ ਸੁਣੀਆਂ ਮੈਂ ਜੀ ਜੀ ਤੇ ਕਮੀ ਕਿਸੇ ਸ਼ਾਇਦ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਇਹ ਮੇਰੇ ਬਿਜ਼ਨਸ ਪਾਰਟਨਰ ਨੇ ਓਕੇ ਠੀਕ ਹੋ ਗਿਆ ਬੜੀ ਗੱਲ ਜੀ ਤੇ ਬਹਰਹਾਲ ਮੇਰਾ ਭਰਾ ਜਲਦੀ ਨਾਲ ਮੈਨਿਊ ਬੁੱਕ ਲੈ ਕੇ ਆ ਮੈਨਿਊ ਖਾਣਾ ਜੀ ਆਰਡਰ ਤੇ ਖਾਣੇ ਦਾ ਦੇਈਦਾ ਭਾਜੀ ਭਾਈ ਜਾਨ ਉਹ ਮੈਨਿਊ ਬੁੱਕ ਲੈ ਕੇ ਆਓਗੇ ਤੁਹਾਨੂੰ ਵੇਖ ਕੇ ਖਾਣੇ ਦਾ ਆਰਡਰ ਦੇਵਾਂਗੇ ਨਾ ਤੇ ਇਹ ਬਿਜ਼ਨਸ ਮੈਨ ਨੇ ਭਾਜੀ ਤੇ ਹੋਰ ਤੁਹਾਨੂੰ ਕੀ ਡਾਕੂ ਲੱਗਣ ਦੇ ਨੇ ਓਕੇ ਉਹ ਭਾਜਨ ਕੀ ਬਤਕਾਂ 'ਚ ਹਵਾ ਭਰਦੇ ਨੇ ਕਿਹੜੇ ਉਹ ਸੈਂਟਰ ਵਾਲੇ ਯਾਰ ਰਜ਼ਵਾਨ ਤੂੰ ਤਾਂ ਕਹਿ ਰਿਹਾ ਸੀ ਯਾਰ ਬੜਾ ਚੰਗਾ ਇਹ ਹੋਟਲ ਹੈਗਾ ਇਹ ਭਾਜੀ ਫੈਸਲਾਬਾਦ ਦੇ ਸ਼ੁਗਲ ਮੇਲਾ ਤੇ ਹੁੰਦਾ ਹੀ ਰਹਿੰਦਾ ਹਾਂਜੀ ਬਿਲਕੁਲ ਇਹ ਤੇ ਗੱਲ ਹੈ ਫੈਸਲਾਬਾਦ ਹਾਂਜੀ ਇੱਕ ਮਿੰਟ ਭਾਜੀ ਮੈਂ ਮੈਨਿਊ ਲਿਆ ਲੈ ਤੇ ਹੋਰ ਤੇਰੇ ਮੂੰਹ ਤੇ ਲਿਖਿਆ ਲੈ ਗਿਆ ਮੈਨਿਊ ਤੇ ਭਾਜੀ ਰੋਟੀ ਖਾਣੀ ਹੈ ਨਾ
यार तू मेन्यू लै गया, तेरे मैं सारा कुछ दसना वा। नहीं तो आडेर के बाद कहने दे 5 किलो खाड़ लाया, नाल तोड़ी लाया, नाल वंडा लाया, तो वह मैं कितों लिया भाजी? वो तो आप बड़ा जी, नाल तेरे से डंडा भी लाया वे। मैं मेन्यू लिया जी। अच्छा, खास करके जो कपड़ा था बोस्की कलर का, उनका बड़ा ध्यान रखना, साढ़े लोर च बड़ा पसंद किया जाता। ठीक हो गया ना? ठीक हो गया। तो बाकी फिर बाकी गल्ला इंशाल्लाह जो तय हो जाएगी। यार मेन्यू बुक उधर भी देना, दो मैं कट्ठे, मेरा इम्तिहान है भाजी। मूँह के हिसाब न जोड़ के पढ़ाई, वो तो छोटी भी पढ़ लेंगे, तो नहीं पढ़ी जानी है। देखो पढ़ के मैनू दस देना। मैं मां नहीं यार, मैं कदों मैं मां नूं सिगरट लाउण दे जी भाजी। लो जी यार, तुसीं कह रहे हो कि चंगा रेस्टोरेंट है, रेस्टोरेंट तो चंगा भाजी, गाहक पहली बार आया जो टोया कढ के बहाना पैना। बड़ी मेहरबानी इनफॉर्मेशन देण दी भाजी। उत्ते वेलवेट चाढ़ी तुहाडे मेन्यू नूं ठंड लगदा जी? मैं क्या उत्ते वेलवेट चाढ़ीए तुहाडे मेन्यू नूं ठंड लगदी भाजी? फैसलाबाद ने कपड़ा इत्थे आम है, तो फिर वो निशानी लिए चढ़ाया। वैसे यार क्वालिटी अच्छी है वेलवेट की। हाँ जी, इनका भी खास ख्याल रखना। मैं कपड़े तो भाई पाने की गल करना, तू जुतियां की गल करना यार। भाजी इधर आर्डर दियो अपन जुतियां, बाद च खाना आर्डर दियो पहले। यार कह रहे थे थाल बड़ा मशहूर है वे, जा यार थाल लै गया। अच्छा, नाल जिहड़ा ना ग्रिल फिश लै गया। ठीक है भाजी, नहीं क्यों इन्ना हवा लेनी करना तुसी। अच्छा भाजी, थाल लै मैं नाल ग्रिल फिश लै। हाँ जी, होर भाजी नाल नान ते रोटियां वेख लवो। ठीक है, फिर बाकी बगलों बाद तुहानू दसने। अच्छा ते भाजी वो थाल ते वड्डा हुंदा बणिया, अच्छा अच्छा चलो ठीक है थाल लै। यार तू सानू की समझा, असीं कारोबारी बंदे आ, ताजर बंदे आ, ते तू सानू एवें ईजी लैण दे? नहीं थाल वड्डा हुंदा, मैं कहा विच साइकिल खड़ा कर लवां ताकि फिर टुर के खाते रहना। यार रजवान तेरिया बहुत तारीफा सर इस होटल। इधर आओ भाजी, लिखो आर्डर खाता वा। ला लिखाओ जी आर्डर, लिखाओ भाजी। एक थाल लिख लो जी, ठीक है, दो तवे लिख लो, चार परातां लिख लो, की लिखा दे, छे गिलास लिख लो, अठ कौलियां लिख लो, तो बाकी चम्मच लिख लो गर्म करके। ठीक है, तू भी तो फैसला पाता ताजड़ है, तू इतना मोची तो नहीं। या तू कारोबारी बंदा के तू मेहनत देना नहीं माई है, ऐ होंगे। चलो भाजी मेहनत तो सारी गल आ गई, इस तू गल कर नहीं सकता। एक मिनट, एक मिनट भाजी, बाद च लड़ना पहले। भाई ये थोड़ा लेट हो गया चार्ज होगा। इधर बाद च लड़ना पहले, मैंने दसो समान की लियाना है। ਯਾਰ ਤੁਹਾਡੀ ਕੋਈ ਥਾਲ ਨਹੀਂ ਹੈਗੀ? ਆਹੋ ਡੀਲ ਜਿਹੜੀ ਹੈ ਜੀ, ਉਹ ਲੈ। ਠੀਕ ਹੈ, ਨਾਲ ਗ੍ਰਿਲ ਫਿਸ਼ ਲੈ। ਆਹੋ ਨਾਲ ਦੋ ਬੋਤਲਾਂ ਲੈ ਵੱਡੀਆਂ, ਡੇਢ ਲੀਟਰ ਵਾਲੀ, ਇੱਕ 7-Up ਤੇ ਇੱਕ ਸਪਰਾਈਟ ਦੀ। ਠੀਕ ਹੈ ਜੀ, ਆਪਣਾ ਸਪਰਾਈਟ ਤੇ ਨਾਲ ਕੋਕਾ ਕੋਲਾ ਦੀ। ਠੀਕ ਹੈ ਜੀ, ਤੇ ਨਾਲ ਜਿਹੜਾ ਨਾ ਫਿਰ ਬਾਕੀ ਚੀਜ਼ਾਂ ਤੁਹਾਨੂੰ ਬਾਅਦ ਦੱਸਾਂ, ਕੋਈ ਹੋਰ ਸ਼ਾਇਦ ਚਾਹੀਦੀ ਹੋਈ ਤਾਂ ਨਾਲ ਦੋ ਪੁਲਿਸ ਵਾਲੇ ਲੈ ਆਵਾਂ ਤਾਂ ਕਿ ਰੋਟੀ ਖਾਣ ਦੇ ਧਿਆਨ, ਉਹ ਧਿਆਨ ਰੱਖਣਗੇ ਨਾ ਵੀ ਗੱਲ ਤੋਂ ਨਾ ਕੋਈ ਖਾ ਜਾਏ। ਮੈਂ ਹੁਣੇ ਲੈ ਕੇ ਆਉਣਾ। ਇਹ ਕਿਹੜੀ ਗੱਲ ਹੋਈ ਇਹ ਭਰਾ ਨੇ ਸਾਡੇ ਯਾਰ ਭਾਜਨ, ਮੈਂ ਆਇਆ ਜੀ ਹੁਣੇ ਲੈ ਕੇ। ਲਓ ਭਾਜੀ ਆਰਡਰ ਆ ਰਿਹਾ ਤੁਹਾਡਾ, ਤੇ ਅਗਰ ਬੁਰਾ ਨਾ ਮਨਾਓ ਤੇ ਇੱਥੇ ਟੇਬਲ ਤੇ ਆ ਜਾਓ ਜਰਾ, ਉੱਥੇ ਆਓ ਜਰਾ ਮਜ਼ੇ ਨਾਲ ਬੈਠ ਜਾਓਗੇ ਤੁਸੀਂ, ਵੈਸੇ ਤੁਹਾਡੀ ਗੰਢ ਵੱਜਣ ਵਾਲੀ ਹੋਈ, ਉੱਥੇ ਆ ਜਾਓ। ਚਲੋ ਯਾਰ ਉੱਥੇ ਬਹਿ ਜਾਓ ਫਿਰ। ਆਹੋ ਆ ਟੇਬਲ ਤੇ ਜਰਾ ਆ ਜਾਓਗੇ। ਇੱਕ ਮਿੰਟ ਭਾਜੀ, ਤੁਸੀਂ ਇੱਧਰ ਆ ਜਾਓ, ਤੁਸੀਂ ਉੱਠੋ, ਤੁਸੀਂ ਭਾਜੀ ਇੱਧਰ ਆ ਜਾਓ, ਆ ਜਾਓ ਇੱਧਰ ਆ ਜਾਓ। ਚਾਹੇ ਇੱਕ ਮਿੰਟ ਠਹਿਰੋ, ਤੁਸੀਂ ਉੱਧਰ ਹੀ ਆ ਜਾਓ। ਤੂੰ ਯਾਰ ਇੱਧਰ ਯਾਰ ਕੀ ਇੱਧਰ ਉੱਧਰ ਕਰੀ ਜਾਂਦਾ ਤੂੰ? ਨਹੀਂ ਇੱਧਰ ਆ ਜਾਓ ਜ਼ਰਾ, ਠੀਕ ਹੋ ਜਾਏ। ਆ ਜਾਓ, ਹਜੇ ਤਾਂ ਖਾਧੀ ਨਹੀਂ, ਪਹਿਲੀ ਹਜ਼ਮ ਕਰਨੀ। ਮੈਂ ਕਹਿੰਦਾ ਤੁਸੀਂ ਇੱਧਰ ਆ ਜਾਂਦੇ ਤਾਂ ਠੀਕ ਸੀ। ਹੱਥ ਕਿਹੜਾ, ਕੋਈ ਹੋਰ ਵੇਟਰ ਕੋਈ ਨਹੀਂ ਹੈਗਾ ਯਾਰ, ਤੁਹਾਡੇ ਕੋਲ ਇੱਕੋ ਇਹੋ ਹੀ ਰਹਿ ਗਿਆ। ਤਾਂ ਮੇਰੇ 'ਚ ਕੀ ਮੋਰੀਆਂ ਹੋਈਆਂ ਨੇ, ਵੇਟਰ ਨਹੀਂ ਸਹੀ। ਚਲੋ ਜੀ ਯਾਰ ਤੁਸੀਂ ਇੱਧਰ ਆ ਜਾਓ ਭਾਜੀ, ਤੁਸੀਂ ਇੱਧਰ ਆ ਜਾਓ, ਆ ਜਾਓ ਇੱਧਰ ਆ ਜਾਓ। ਚਲੋ ਯਾਰ ਬਹਿ ਜਾ ਯਾਰ, ਬਹਿ ਜਾ ਯਾਰ, ਤੂੰ ਬਹਿ ਜਾ ਇੱਥੇ, ਬਹਿ ਜਾ ਯਾਰ ਤੂੰ, ਜਿਹੜਾ ਇੱਥੋਂ ਜਿਹੜਾ ਤੂੰ ਕੱਢਣਾ ਕਰ, ਰੱਖ ਯਾਰ ਭੂਆ। ਕੋਈ ਨਹੀਂ, ਕਹਿ ਦਿੰਦਾ, ਕਹਿ ਦਿੰਦਾ। ਆ ਫੜੋ ਭਾਜੀ, ਆ ਫੜੋ। ਹੱਥ ਧੋਤੇ ਨਹੀਂ ਨਾ? ਹੱਥ ਧੋਤੇ ਭਾਜੀ, ਚਪੇੜਾਂ ਖਾਣੀਆਂ ਤੁਸੀਂ? ਤੂੰ ਸਾਨੂੰ ਸਰਵ ਕਰ ਰਿਹਾ ਐਵੇਂ ਪਲੇਟਾਂ, ਤੈਨੂੰ ਤਾਂ ਪੁੱਛਿਆ ਮੈਂ। ਆਏ ਨਾ ਸਾਫ ਸੁਥਰੇ ਹੋ ਕੇ ਕਰੀ, ਗਲਾਸ ਵੀ ਹੋੜ ਲਿਆਣਾ ਤੂੰ। ਕਿਉਂ ਇਹ ਕੀ ਗੱਲ ਭਾਜੀ, ਚੁੰਦੇ ਇੱਕੋ ਹੀ ਵੱਡਾ ਮੰਗਾ ਲਾ ਜੀ। ਯਾਰ ਵੇਲਾ ਰਜਵਾਣ ਆਪਣਾ ਹੀ ਬੰਦਾ ਸਾਨੂੰ ਪੈ ਰਿਹਾ ਯਾਰ, ਮਹਿਮਾਨ ਆਏ ਜੀ, ਗੱਲ ਕਰ ਰਿਹਾ।
ਤੇ ਇਹ ਦੱਸੋ ਤੁਹਾਡੀ ਸਪੈਸ਼ਲ ਇੱਥੇ ਕੀ ਚੀਜ਼ ਹੈਗੀ ਜਿਹੜੀ ਬਿਹਤਰੀਨ? ਜੋ ਤੁਸੀਂ ਤਵੇ ਦੇ ਵਿੱਚ ਸਾਰੀਆਂ ਡਿਸ਼ਾਂ ਹੁੰਦੀਆਂ ਜੀ ਸਾਡੀਆਂ, ਜੋ ਜੋ ਬਣਦਾ ਇੱਥੇ ਰੱਖ ਲਓ ਜੀ, ਲਓ ਇੱਥੇ ਗਲਾਸ ਲਓ। ਕਿੰਨੇ ਸਾਲਾਂ ਤੋਂ ਕੰਮ ਕਰਨ ਡਿਆ ਇੱਥੇ? ਮੈਂ ਭਾਜੀ ਹੋ ਗਏ ਮੈਨੂੰ ਕਿ 3 ਸਾਲ। 3 ਸਾਲ? ਹਾਂ। ਉਹ ਤਾਂ ਕਹਿੰਦਾ ਹੋਟਲ ਬਣਿਆ ਵਾਲੇ ਸਾਲ ਹੋਇਆ। ਮੈਂ 2 ਸਾਲ ਪਹਿਲੇ ਲੱਗ ਗਿਆ ਸੀ। ਖਾਲੀ ਪਲਾਟ 'ਚ ਲੱਗ ਗਿਆ ਸੀ? ਨਹੀਂ, ਮੈਂ ਕਿਹਾ ਜੋ ਮਾਲਕ ਨੇ ਨਾ ਜਿਹੜੇ, ਉਹ ਮੇਰੇ ਵਾਂਗੂ ਹੀ ਸੀ ਪਹਿਲੇ, ਮਤਲਬ ਆਮ ਬੰਦੇ। ਅੱਛਾ। ਤੇ ਫਿਰ ਉਹਨਾਂ ਨੇ ਮਿਹਨਤ ਕੀਤੀ ਨਾਲ, ਫਿਰ ਮੈਂ ਦਿਹਾੜੀਆਂ ਲਾ ਲਾ, ਉਹਨਾਂ ਨੂੰ ਪੈਸੇ ਦਿੱਤੇ, ਫਿਰ ਉਹਨਾਂ ਨੇ ਹੋਟਲ ਬਣਾਇਆ। ਅੱਛਾ, ਤੂੰ ਪਹਿਲੇ ਆਮ ਬੰਦਾ ਸੀ? ਹਾਂਜੀ। ਤੇ ਹੁਣ ਕਿਹੜਾ ਸੁਪਰਮੈਨ ਹੈ? ਨਹੀਂ, ਮਤਲਬ ਹੁਣ ਵੀ ਆਮ ਹੀ ਹੈ ਭਾਜੀ, ਤੁਸੀਂ ਤੇ ਹੁਣ ਮਜ਼ਾਕ ਕਰਨ ਡਏ। ਮਜ਼ਾਕ ਕਰਨ ਡਏ ਹੋ? ਉਹ ਯਾਰ ਮੇਰੀ ਸੁਣ ਗੱਲ, ਮੈਂ ਆਇਆ ਲੋਰੋਂ, ਇਹਨਾਂ ਨੇ ਬੁਲਾਇਆ ਕਿ ਭਾਈ ਇੱਥੇ ਦਾ ਕੱਪੜਾ ਸਾਡਾ ਬਹੁਤ ਚੰਗਾ ਵਾ। ਜੀ ਜੀ, ਇਹ ਤੇ ਕੋਈ ਸ਼ੱਕ ਨਹੀਂ। ਹਾਂ, ਫੈਸਲਾਬਾਦ ਦਾ, ਤੇ ਲਿਹਾਜ਼ਾ ਮੈਂ ਇਹਨਾਂ ਨਾਲ ਡੀਲ ਕਰ ਰਿਹਾ ਵਾਂ, ਇਸ ਵਾਸਤੇ ਥੋੜਾ ਖਿਆਲ ਕਰ, ਤੇਰੀ ਮਿਹਰਬਾਨੀ ਹੈ। ਪਰਸਨਲ ਗੱਲਾਂ ਵੀ ਹੋਣੀਆਂ। ਠੀਕ ਹੈ ਭਾਜੀ, ਕਰੋ। ਮੇਰੇ ਨਾਲ ਮੰਗਣੀ ਕਰਾਉਣੀ ਹੈ? ਪਰਸਨਲ ਗੱਲਾਂ ਕੀ ਲੈਣ? ਲੜੋ ਨਾ ਭਾਜੀ, ਲੜੋ ਨਾ, ਉਂਝ ਤੁਸੀਂ ਬੈਠੋ। ਖਾਣਾ ਆਪਣਾ ਲਿਆਂਦਾ ਨਹੀਂ ਤੁਸੀਂ? ਯਾਰ ਅਸੀਂ ਪਿਕਨਿਕ ਮਨਾਉਣ ਆਏ ਆ। ਮੈਂ ਕਿਹਾ ਇਹੋ ਜਿਹੇ ਹੁੰਦੇ ਨੇ ਬੰਦੇ, ਨੇ ਨੇਫੇ 'ਚ ਪਰਾਠਾ ਲਾਇਆ ਹੁੰਦਾ ਆਪਣਾ। ਬਈ ਇਹੋ ਜਿਹੇ ਬੰਦੇ ਹੁੰਦੇ ਜੇ ਲੈਟਰਿਨ 'ਚ ਬਹਿ ਕੇ ਵੀ ਨਾਨ ਪੂਰਾ ਖਾ ਜਾਂਦੇ ਨੇ, ਡੇਢ ਫੁੱਟੀਆ ਜਾ ਗਿਆ ਵੇਟਰ ਇੱਥੇ, ਜਾ ਕੰਮ ਕਰ ਜਾ ਕੇ। ਪਲੇਟ ਅੱਗੇ ਕਰ ਲੋ। ਨਹੀਂ, ਪਲੇਟ ਅੱਗੇ ਹੋ ਗਈ, ਠੀਕ ਹੈ। ਜੋਗਰ ਇੰਜ ਪਾਏ ਜਿਵੇਂ ਤੂੰ ਲੋਕਾਂ ਦੀ ਰੋਟੀ ਲੈ ਕੇ ਖੋ ਕੇ ਨੱਸ ਜਾਂਦਾ। ਆ ਯਾਰ ਭਵਨ, ਆ ਫੜ ਜੀ ਆ ਟੇਬਲ ਇਧਰੋਂ। ਐਡਾ ਐਡਾ ਚੌੜਾ ਗਾਗ ਪਹਿਲੀ ਵਾਰੀ ਵੇਖਿਆ। ਅਸੀਂ ਤਾਂ ਮਰੀਜ਼ ਲੰਮੇ ਪਾਣਾ ਵਾ, ਉਹਨੇ ਦੇ ਰਹਿਤ ਪੀਓ। ਇੱਧਰ ਕਰੋ ਕੁਰਸੀ ਪਾ, ਖਰਾਬ ਹੈਗਾ ਯਾਰ ਖਾਣਾ, ਉਹਨਾਂ ਨੇ ਅਸੀਂ ਤਾਂ ਨਹੀਂ ਇੱਥੇ ਲਿਆ ਯਾਰ ਕੁਰਸੀ। ਯਾਰ ਗੱਲ ਕਰਨ ਵਾਲੀ ਹੈ ਵੇ, ਮਿਹਰਬਾਨੀ ਹੈ ਕੋਈ ਨਾ ਕਰੋ। ਉਰੇ ਕਰ ਲਓ ਭਾਜੀ, ਭਾਜੀ ਕੁਰਸੀ ਇੱਧਰ ਕਰ ਲਓ, ਤੁਸੀਂ ਇੱਧਰ ਆ ਜਾਓ ਭਾਜੀ। ਉਹ ਸ਼ੁਕਰ ਹੈ ਨਾਲ ਜੁੜੀ ਨਹੀਂ ਭਾਜੀ। ਇੱਥੇ ਭਾਜੀ ਬੈਠੋ ਤੁਸੀਂ, ਲਿਆਓ ਯਾਰ ਖਾਣਾ, ਲਿਆਓ ਭਾਈ। ਯਾਰ ਸਾਈਡ 'ਤੇ ਕਰੋ ਯਾਰ, ਕਾਰੋਬਾਰੀ ਬੰਦੇ ਨੇ ਤੁਹਾਡੇ ਫੈਸਲਾਬਾਦ ਯਾਰ, ਉਹਨਾਂ ਨੇ ਦਾਵਤ ਦਿੱਤੀ ਮੇਰੀ, ਉਹ ਇੱਧਰ ਦੇਣੀ। ਬਾਬਾ ਜੀ ਨੂੰ ਲੈ ਜਾ ਰਹੇ ਯਾਰ, ਹਾਜੀ ਹਾਜੀ ਸਾਹਿਬ ਨੂੰ ਦੇਈਏ। ਹਾਜੀ ਸਾਹਿਬ ਯਾਰ, ਹਾਜੀ ਸਾਹਿਬ ਨੂੰ ਕਿਉਂ ਦੇਣਾ, ਖਤਮ ਦੀ ਰੋਟੀ ਹੈ, ਇੱਧਰ ਲੈ ਗਿਆ। ਹਾਜੀ ਸਾਹਿਬ ਖਾਣ ਕੇ ਬਰਕਤ ਪੈ ਗਈ ਯਾਰ। ਇਹ ਤੁਹਾਡਾ ਆਰਡਰ? ਮਿਹਰਬਾਨੀ ਕਰੋ। ਅੱਛਾ, ਕਿਹੜਾ ਭਾਜੀ ਤੁਹਾਡਾ ਯਾਰ? ਠੰਡਾ ਹੋ ਜਾਣਾ। ਤੁਸੀਂ ਕੀ ਕਰ ਰਹੇ ਜਨਾਬ? ਇੱਧਰ ਰੱਖੋ। ਹਲੋ ਸਰ, ਮਹਿਮਾਨ ਹੈਗੇ ਤੁਸੀਂ ਸਾਡੀ ਬਿਸਤੀ ਕਰ ਰਹੇ ਯਾਰ? ਤੁਸੀਂ ਕਾਰੋਬਾਰੀ ਬੰਦੇ ਯਾਰ, ਫੈਸਲਾਬਾਦ ਯਾਰ ਤੁਹਾਡਾ, ਇਹ ਸਿਹਤ ਹੈਗੀ? ਇਹ ਨਵਾਂ ਬੰਦਾ ਆਇਆ, ਜ਼ਰਾ ਨਵਾਂ ਆਇਆ। ਹਲੋ, ਆਹ ਪਹਿਲਾਂ ਮਿਰਚ ਲਓ। ਤੁਹਾਡੀ ਹਰ ਸ਼ਹਿ ਬਿਹਤਰੀਨ। ਨਹੀਂ ਭਾਜੀ, ਅਸੀਂ ਤੁਹਾਨੂੰ ਚੇਂਜ ਕਰਦੇ ਚੰਗੇ ਨਹੀਂ ਨਾ ਲੱਗਦੇ ਹੋ? ਤੁਸੀਂ ਭਾਜੀ ਤੁਹਾਨੂੰ ਮਜ਼ਾ ਆਏਗਾ ਇੱਥੇ। ਐ ਹੋਈ ਨਾ ਗੱਲ, ਆਮ ਨਹੀਂ ਦੁਕਾਨ। ਉਹ ਇੱਧਰ ਆ, ਮੇਰਾ ਹਿੱਸਾ ਭਾਜੀ, ਤੇਰਾ ਹਿੱਸਾ ਤੂੰ ਕੁਰਬਾਨੀ ਦਾ ਆਪਣੀ। ਉਹ ਮੈਂ ਨਹੀਂ ਇੱਥੋਂ ਖਾਣਾ, ਮੇਰੀਆਂ ਫੈਕਟਰੀਆਂ ਚੱਲਦੀਆਂ ਨੇ। ਇਧਰਾ ਤੂੰ ਇੱਥੋਂ ਖਾਣਾ, ਤੂੰ ਤੇਰਾ ਹਿੱਸਾ ਤੂੰ ਕੁਰਬਾਨੀ ਦੇ ਵਿੱਚ ਹਿੱਸਾ ਪਾਇਆ। ਮਹਿਮਾਨ ਹੈ, ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਮਿਹਰਬਾਨੀ, ਲੈ ਜਾਓ ਯਾਰ ਆਪਣਾ ਵੇਟਰ। ਸਾਰਾ ਲੈ ਗਏ ਤੁਹਾਨੂੰ, ਲੈ ਜਾਓ ਆਪਣਾ ਵੇਟਰ, ਤੁਸੀਂ ਆਪਣਾ ਲਿਆਉਣਾ। ਲਵੋ ਭਾਜੀ, ਲਵੋ ਖਾਓ ਹੁਣ। ਲਵੋ ਭਾਜੀ, ਲਵੋ ਯਾਰ, ਲੈ ਯਾਰ ਰਜ਼ਵਾਨ। ਅੱਛਾ, ਐ ਵੇਖੋ ਉਹ ਯਾਰ, ਉਹ ਪਾਲੇਗਾ, ਉਹ ਟੁੰਡਾ ਹੈਗਾ, ਇਹਨੂੰ ਸੰਭਾਲੋ, ਤੁਹਾਡੀ ਮਿਹਰਬਾਨੀ ਹੈ। ਸੰਭਾਲੋ, ਮੈਂ ਤੇਰੇ ਵਿੱਚ ਵੱਜਾਂ। ਯਾਰ ਮਹਿਮਾਨ, ਮੈਂ ਉਹਨੂੰ ਕੀ ਕੈਂਚੀਆਂ ਮਾਰਨ ਡਿਆ? ਤੂੰ ਸਾਡਾ ਖਾਣਾ ਕਿਉਂ ਝੂਠਾ ਕਰਨ ਡਿਆ? ਝੂਠਾ ਨਹੀਂ, ਸਾਈਡ ਤੋਂ ਖਾਧਾ ਮੈਂ, ਸਾਈਡ ਤੋਂ ਖਾਧਾ। ਤੂੰ ਬਿੱਲੀ ਹੈ, ਆਪਣਾ ਆਰਡਰ ਦਿਓ ਤੁਹਾਡੀ ਮਿਹਰਬਾਨੀ। ਹਲੋ ਭਾਈ, ਉੱਥੋਂ ਜਾ ਮੇਰਾ ਭਰਾ, ਉਹਨਾਂ ਨੂੰ ਕਹਿ ਤੇਰੇ ਸੇ ਵੱਖਰਾ ਲਾਣ। ਇਹ ਵੀ ਲਾਣ ਲਈਦਾ ਹੁੰਦਾ ਹੈ, ਵੇਖੋ। ਓਕੇ ਹੋ ਗਿਆ ਸਰ। ਕਿੱਥੇ ਯਾਰ, ਕੀ ਤਕਲੀਫ ਹੈ ਤੈਨੂੰ? ਯਾਰ ਕੋਈ ਵੀ ਨਹੀਂ ਹੈਗਾ ਇਹਨੂੰ ਰੋਕਣ ਵਾਲਾ ਯਾਰ। ਹਲੋ ਜੀ, ਕੀ ਖਾਣਾ ਖਾਓ? ਆਪਣਾ ਖਾਓ ਜੀ, ਆਪਣਾ ਖਾਓ। ਅਜੀਬ ਯਾਰ, ਲੋਕ ਆ ਜਾਂਦੇ ਨੇ ਯਾਰ, ਇਹੋ ਜਿਹੇ ਲੋਕਾਂ ਨੂੰ ਭਰਤੀ ਕੌਣ ਕਰ ਰਿਹਾ ਇੱਥੇ? ਅਸੀਂ ਤਾਂ ਮਾਰਾ ਸਮਝ ਕੇ ਕੀਤਾ ਜੀ। ਲੈ ਓਏ ਮਸਤੇ, ਆ ਤੂੰ ਕਦੀ ਨਹੀਂ ਖਾਧਾ? ਤੁਸੀਂ ਪਹਿਲੀ ਵਾਰੀ ਖਾ ਰਹੇ ਹੋ?
ਯਾਰ ਅਸੀਂ ਪੈਸੇ ਦੇਣੇ ਨੇ ਸ਼ਾਇਦ ਯਾਰ ਤੂੰ ਕਿਵੇਂ ਖਾ ਰਿਹਾ ਤੇ ਪੈਸੇ ਦੇਣੇ ਥੋੜਾ ਜਿਹਾ ਵਿੱਚੋਂ ਮੈਂ ਖਾ ਲਾਂਗਾ ਤੇ ਕੀ ਤੈਨੂੰ ਮੌਤ ਪੈਂਦੀ ਆ ਥੋੜਾ ਤੂੰ ਇਹ ਕੌਮੀ ਖਾਣਾ ਵੀ ਦੇ ਤੂੰ ਥੋੜਾ ਤੂੰ ਖਾਣਾ ਗਰੀਬ ਦਾ ਖਿਆਲ ਕਰੀਦਾ ਹੁੰਦਾ ਗਰੀਬ ਦਾ ਖਿਆਲ ਕਰੀਦਾ ਦਿਨ ਰਾਤ ਦਾ ਕਰੀਏ ਨਾ ਇਹੋ ਜਿਹੀ ਚਵਲ ਦਾ ਥੋੜੀ ਕਰਨਾ ਖਿਆਲ ਅਸੀਂ ਖਾ ਸਾਰਾ ਕੁਝ ਖਾ ਤੇਰੇ ਅੰਦਰ ਪਰੌਣੇ ਆਏ ਆਈ ਖਾਓ ਤੁਸੀਂ ਇਹ ਸਭ ਖਾਓ ਖਾਣਾ ਖਾਓ ਤੁਸੀਂ ਤੂੰ ਅੱਜ ਉਹਨਾਂ ਦੇ ਉਹਨਾਂ ਤੁਸੀਂ ਆਪਣਾ ਖਾਣਾ ਜਾਣ ਆਏ ਹਾਏ सुटी जा रहा लंघी जा रहा अंदर भाजी कोई थोड़ा छोटा कर लो कोई ना गले च स्पीड ब्रेकर बनाओ यार तेनू तकलीफ है खाओ खाओ भाजी खाओ तुहानू कहदा मसला है ਐ ਵੀ ਲਵੋ ਨਾ ਤੁਸੀਂ ਤਾਂ ਹੱਥ ਪਿੱਛੇ ਗੱਲ ਹੋ ਪੈ ਨਾ ਯਾਰ ਇੱਕ ਮਿੰਟ ਠਹਿਰ ਜਾ ਭਾ ਮੈਂ ਤੇ ਤੁਹਾਨੂੰ ਸਰਵ ਕਰ ਰਿਹਾ ਤੁਹਾਡੀ ਮੱਛੀ ਖਰਾਬ ਕਰਦੀ ਤੁਸੀਂ ਮੱਛੀ ਖਰਾਬ ਆ ਜੀ ਮੈਂ ਕਿ ਤੂੰ ਨਾ ਕਰ ਹੈਲੋ ਮਿਹਰਬਾਨੀ ਠੀਕ ਹੋ ਗਿਆ ਜਾ ਮੇਰਾ ਭਰਾ ਲਓ ਭਾਈ ਤੁਸੀਂ ਸਰ ਛੱਡ ਭਾਜੀ ਤੁਸੀਂ ਤੇ ਕਬਾਬ ਦਾ ਲੱਕ ਤੋੜ ਕੇ ਮੂੰਹ ਚ ਪਾ ਲਿਆ ਇੰਜ ਤੇ ਨਹੀਂ ਖਾਈਦਾ ਭਾਜੀ ਮੈਂ ਕਿਹਾ ਮਹਿਮਾਨ ਤੁਹਾਡਾ ਹੀ ਹੈ ਭਾਜੀ ਕਦੋਂ ਤੋਂ ਜਾਣਦੇ ਇਹਨਾਂ ਨੂੰ 2 ਸਾਲ ਹੋ ਗਏ ਕਾਰੋਬਾਰ ਕਰ ਰਹੇ ਨੇ 2 ਸਾਲ ਹੋ ਗਏ ਨੇ ਪਿੱਛੋਂ ਪਤਾ ਕੀਤਾ ਕੋ ਕਾਫ ਦਾ ਨਾ ਹੋਵੇ ਆ ਵੇਖੋ ਮੁਰਗਾ ਇੰਜ ਖਾ ਰਿਹਾ ਯਾਰ ਹਾਏ ਕਮਾਲ ਟੇਸਟ ਆ ਮੈਂ ਕਿਹਾ ਸੀ ਨਾ ਬਹੁਤ ਖਾਓਗੇ ਖਾਓਗੇ ਉਹ ਟੇਸਟ ਥੋੜਾ ਛੋਟਾ ਕਰ ਲਓ ਇੱਥੇ ਹੋਰ ਲਵਾ ਲਿਆ ਨਾ ਤੇਰੇ ਸੇ ਇਹੋ ਹੀ ਬਣਦੀ ਆ ਭਾਜੀ ਇਹ ਕੋ ਜਿੰਨ ਆਪਣੇ ਹੋਟਲ ਤੇ ਆ ਗਿਆ ਜੇ ਹਾਂਜੀ ਉਹ ਭਾਜੀ ਇੰਜ ਖਾ ਰਿਹਾ ਮੁਰਗਾ ਕਤਲ ਕੀਤਾ ਉਹਨੇ खाना बहुत स्वादी सी भार जवान लो जी मेनू हुण यकीन हो गया ਤੁਸੀਂ ਜਿਹੋ ਜਿਹਾ ਖਾਣਾ ਖਵਾਇਆ ਨਾ ਕਿਉਂਕਿ ਮੇਰਾ ਹਲੇ ਨਾ ਅੱਗੇ ਵੀ ਇੱਕ ਜਗ੍ਹਾ ਤੇ ਦਾਵਤ ਹੈ ਮੇਰੀ ਲੇਕਿਨ ਮੈਂ ਤੁਹਾਡੇ ਮੁਹੱਬਤ ਨੂੰ ਸਿਰਫ ਥੋੜਾ ਜਿਹਾ ਖਾਦਾ ਹੈ ਕਿ ਨਹੀਂ ਜੀ ਜੀ ਹਲੇ ਹੋਰ ਖਾਣਾ ਮਿਲ ਭਾਜੀ ਯਾਰ ਤੂੰ ਹਰ ਸ਼ੈ ਮੇਰੇ ਮੂੰਹ ਤੇ ਲਿਆ ਕੇ ਮਾਰਨਾ ਯਾਰ ਭਾਜੀ ਅੰਨਾ ਵੇ ਜਾਂ ਤੇਰੀਆਂ ਅੱਖਾਂ ਨਹੀਂ ਕੰਮ ਕਰਦੀਆਂ ਕੀ ਗੱਲ ਹੈ ਮੂੰਹ ਹੀ ਤੁਹਾਡਾ ਐਡਾ ਭਾਵੇਂ ਉੱਤੇ ਬਰਫ਼ ਲਾ ਲਓ ਠੀਕ ਹੈ 15,000 ਰੁਪਇਆ ਭਾਜੀ ਓਹੋ ਠੀਕ ਹੈ 15,950 ਰੁਪਏ ਜੀ ਜਿਨ੍ਹਾਂ ਨੇ ਆਰਡਰ ਦਿੱਤਾ ਤੂੰ ਸਮਝਦਾ ਕਿ ਮੈਂ ਕਿਸੇ ਆਮ ਬੰਦੇ ਕੋਲ ਆਇਆ ਅਗਲੇ ਕਾਰੋਬਾਰੀ ਬੰਦੇ ਨੇ ਜੀ ਜੀ ਬਿਲਕੁਲ ਹਾਂਜੀ ਸਾਡੇ ਮਹਿਮਾਨ ਨੇ ਹਾਂ ਤੂੰ ਸਮਝਦਾ ਕਿ ਮੈਂ ਕੋਈ ਲੱਲੀਆਂ ਦੇ ਕੋਲ ਆਇਆ ਵਾਂ ਕੋਈ ਐਸਾ ਮਸਲਾ ਨਹੀਂ ਜਨਾਬ ਇਹ ਮਹਿਮਾਨ ਨੇ ਹਾਂਜੀ ਠੀਕ ਹੈ ਨਾ ਐਵੇਂ ਛੇਵੇਂ ਦੀ ਗੱਲ ਕੋਈ ਨਹੀਂ
ਓਏ ਅਗਲਾ ਨੇ ਹਲੇ ਲੱਖਾਂ ਦਾ ਮੈਨੂੰ ਕਾਰੋਬਾਰ ਦੇਣਾ ਨਾ ਮੈਂ ਉਹਨਾਂ ਨੂੰ ਕਰਾਣਾ ਤੁਸੀਂ ਲੱਖਾਂ ਦਾ ਮੁਰਗਾ ਹੀ ਖਾ ਜਾਣਾ ਮੈਨੂੰ ਲੱਗਦਾ ਬਿੱਲ ਹੋ ਗਿਆ ਹਾਂ ਦੇਖ ਲਓ ਤਾਂ ਠੀਕ ਹੈ ਨਾ ਯਾਰ ਇਹ ਕੋਈ ਲੱਲੀ ਦੇ ਬਾਲ ਨੇ ਉਹ ਕਾਰੋਬਾਰੀ ਬੰਦੇ ਰਹਿ ਦੇਣਗੇ ਬਿੱਲ ਲੈ ਯਾਰ ਦੇ ਯਾਰ ਇੰਨੀ ਗੱਲ ਸੀ ਕੀ ਹੋਇਆ ਮੇਰਾ ਤਾਂ ਪਰਸ ਘਰ ਰਹਿ ਗਿਆ ਤੁਸੀਂ ਦਿਓ ਬਿੱਲ ਉਹ ਕੋਈ ਨਹੀਂ ਹੁੰਦਾ ਹੁੰਦਾ ਮੇਰਾ ਤੇ ਪਰੇ ਸੀ ਗੱਡੀ 'ਚ ਤੇ ਗੱਡੀ ਤੁਹਾਡੀ ਭਰਜਾਈ ਲੈ ਗਈ ਕੀ ਚੋਰੀ ਕਰਕੇ ਲੈ ਗਈ ਤੇਰੀ ਗੱਡੀ ਵੇਖੋ ਅਸਲ ਬੰਦਾ ਤਾਂ ਤੁਹਾਡਾ ਇਹੋ ਹੀ ਨਾ ਖਾਣਾ ਵੀ ਤੁਸੀਂ ਖਾਦਾ ਜਨਾਬ ਤਾਂ ਤੇ ਪਤਾ ਮੇਰਾ ਏਟੀਐਮ ਕਾਰਡ ਹੀ ਬਲੌਕ ਹੋ ਗਿਆ ਯਾਰ ਤੁਸੀਂ ਆਪਣੇ ਆਪ ਨੂੰ ਕਾਰੋਬਾਰੀ ਕਹਿੰਦੇ ਹੋ ਇਹ ਤੁਹਾਡਾ ਹਾਲ ਹੈ ਤੇ ਤੁਸੀਂ ਹਲੇ ਮੇਰੇ ਨਾਲ ਕੰਮ ਕਰਨਾ ਇਹ ਵੇਖ ਰਹੇ ਤੁਸੀਂ ਇਹਨਾਂ ਨੂੰ ਹਾਂਜੀ ਦੇਖ ਰਹੇ ਤੁਸੀਂ ਇਹਨਾਂ ਨੂੰ ਮੈਂ ਇਹਨਾਂ ਨੂੰ ਵੀ ਵੇਖ ਰਿਹਾ ਤੁਹਾਨੂੰ ਵੀ ਵੇਖ ਰਿਹਾ ਇਹ ਸਭ ਯਾਰ ਮੇਰੇ ਤੇ ਤੈਨੂੰ ਪਤਾ ਨਾ ਮੇਰੇ ਤੇ ਅੱਲਾ ਦੇ ਬੰਦੇ ਬੜੀਆਂ ਦੁਕਾਨਾਂ ਨੇ ਹਾਂਜੀ ਹਾਂਜੀ ਮੈਨੂੰ ਮੇਰਾ ਬ੍ਰਾਂਡ ਲਾਹੌਰ 'ਚ ਬੜਾ ਮਸ਼ਹੂਰ ਸਹੀ ਸਹੀ ਤੁਸੀਂ ਤਾਂ ਢਿੱਡ ਤੇ ਰੱਖ ਕੇ ਵੀ ਸੌਦਾ ਵੇਚ ਸਕਦੇ ਹੋ ਯਾਰ ਵੈਸੇ ਮੈਨੂੰ ਤੁਹਾਡੇ ਤੋਂ ਉਮੀਦ ਨਹੀਂ ਸੀ ਏਟੀਐਮ ਬਲੌਕ ਹੈ ਤੁਹਾਨੂੰ ਸ਼ਰਮ ਆਣੀ ਚਾਹੀਦੀ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਮੈਨੂੰ ਲੈ ਕੇ ਕਿਉਂ ਆਇਓ ਤਾਂ ਖਾਦਾ ਤੇ ਦੇਣਾ ਵੀ ਤਾਂ ਤੁਸੀਂ ਆ ਯਾਰ ਮੈਂ ਕੀ ਖਾ ਗਿਆ ਯਾਰ ਸਾਡੇ ਹਾਲ ਤਾਂ ਬੋਟੀ ਨਹੀਂ ਆਈ ਤੁਸੀਂ ਤਾਂ ਥਾਲ ਖਾ ਗਏ ਬੋਟੀ ਨਹੀਂ ਆਈ ਗੱਲਾਂ ਕਰਦੇ ਨੇ ਦੇਖੋ ਜੀ ਗੱਲ ਹੈਗੀ ਏ ਕਿ ਚਲੋ ਹੁਣ ਇਹ ਇਹਨਾਂ ਦੇ ਕੰਡ ਵਹਾ ਦਿੱਤੀ ਅਸੀਂ ਤਾਂ ਨਹੀਂ ਨਾ ਵਹਾਣੀ ਇਹ ਗੱਲ ਤੁਹਾਡੀ ਕੰਡ ਵੀ ਵੱਡੀ ਹੈ ਜੀ ਵਿੱਚ ਭਾਵੇਂ ਬੈਨਰ ਲਾ ਲਓ ਵਿੱਚ ਪੈਸੇ ਕੋਈ ਨਹੀਂ ਤੁਹਾਡੇ ਕੋਲ ਪੈਸੇ ਕੋਈ ਨਹੀਂ ਤੁਹਾਡੇ ਕੋਲ ਹਾਂ ਇਹਨਾਂ ਕੋਲ ਹੈ ਹੀ ਨਹੀਂ ਇਹ ਦੇਖੋ ਜੀ ਇਹ ਇਹਨਾਂ ਦਾ ਹਾਲ ਹੈਗਾ ਜੀ ਕਿ ਕਾਰੋਬਾਰ ਇਹਨਾਂ ਨੇ ਕਰਨਾ ਮੈਨੂੰ ਫੋਨ ਤੇ ਨਾ ਵੱਡੀਆਂ ਵੱਡੀਆਂ ਗੱਲਾਂ ਕਰਨ ਦੇ ਨੇ ਪੈਸੇ ਹੈਗੇ ਕੋਈ ਪੈਸੇ ਹੈ ਕੋਈ ਨਹੀਂ ਹੈ ਕਹਿੰਦੇ ਨੇ ਭਾਜੀ ਤੁਸੀਂ ਇੱਕ ਵਾਰੀ ਸਾਨੂੰ ਆਰਡਰ ਦਿਓ ਤੇ ਅਸੀਂ ਤੁਹਾਨੂੰ ਇੱਕ ਇੱਕ ਟਾਈਮ ਦੇ ਵਿੱਚ ਦੋ ਦੋ ਕੰਟੇਨਰ ਘੱਲੇ ਨੇ ਕੱਪੜਿਆਂ ਦੇ ਤੇ ਪੈਸੇ ਹੈ ਹੀ ਕੋਈ ਪੈਸਾ ਹੈ ਉਹ ਭਾਜੀ ਮੈਂ ਕਹਿੰਦਾ ਇੱਕ ਟਗਾ ਪੱਲੇ ਨਹੀਂ ਹੈ ਇਹਨਾਂ ਦੇ ਪਗਾ ਨਹੀਂ ਟੱਲੇ ਕੀ ਪਗਾ ਨਹੀਂ ਟੱਲੇ ਇਹਨਾਂ ਦੇ ਓਏ ਟਗਾ ਨਹੀਂ ਪੱਲੇ ਹਾਂ ਆਹੋ ਪਗਾ ਨਹੀਂ ਟੱਲੇ ਬਹਰਾਲ ਯਾਰ ਬੜਾ ਅਫਸੋਸ ਹੋਇਆ ਹਾਂ ਦੁੱਖ ਹੋਇਆ ਮੈਨੂੰ ਤੁਹਾਨੂੰ ਵੇਖ ਕੇ ਨਾ ਮੇਰਾ ਨਹੀਂ ਖਿਆਲ ਕਿ ਤੁਸੀਂ ਕਾਰੋਬਾਰ ਕਰਨ ਦੇ ਕਾਬਲ ਹੋ ਜੀ ਜੀ ਬਹਰਾਲ ਭਜਨ ਤੁਸੀਂ ਮੇਰੀ ਅੱਖਾਂ ਖੋਲ ਦਿੱਤੀਆਂ ਬਹੁਤ ਹੀ ਬਦਜ਼ੋਕ ਲੋਕ ਨੇ ਮੈਂ ਅੱਖਾਂ ਖੋਲ ਦਿੱਤੀਆਂ ਅੱਖਾਂ ਬੰਦ ਵੀ ਤੁਹਾਡੀਆਂ ਮੈਂ ਹੀ ਕਰਨੀਆਂ ਇਹ ਬਿੱਲ ਦਿਓ ਨਹੀਂ ਆਰਡਰ ਤਾਂ ਉਹਨਾਂ ਨੇ ਦਿੱਤਾ ਨਾ ਨਹੀਂ ਤੁਸੀਂ ਆਰਡਰ ਦਿੱਤਾ ਭਾਜੀ ਉਹ ਤਾਂ ਬੋਲੇ ਹੀ ਨਹੀਂ ਤਾਂ ਮੈਂ ਤਾਂ ਮਹਿਮਾਨ ਉਹਨਾਂ ਦਾ ਆਇਆ ਨਾ ਭਾਜੀ ਨਹੀਂ ਭਾਜੀ ਮੈਨੂੰ ਨਹੀਂ ਪਤਾ ਆਰਡਰ ਤੁਸੀਂ ਦਿੱਤਾ ਤੇ ਬਿੱਲ ਮੈਨੂੰ ਤੁਸੀਂ ਦੇਣਾ ਜੀ ਭਾਜੀ ਉਹ ਕਹਿਣ ਤਾਂ ਰਹੇ ਹੁੰਦਾ ਤੁਹਾਨੂੰ ਕਿ ਭਾਜੀ ਸਾਡਾ ਮਹਿਮਾਨ ਆਇਆ ਸਾਡਾ ਮਹਿਮਾਨ ਆਇਆ ਭਾਜੀ ਉਹ ਭਾਵੇਂ ਕਈ ਜਾਣ ਹੁਣ ਮੈਂ ਉਹਨਾਂ ਦੀ ਮੰਨ ਕੇ ਸਾਰੇ ਹੋਟਲ ਨੂੰ ਰੋਟੀ ਖਵਾ ਦੇ ਐ ਤਾਂ ਨਹੀਂ ਹੁੰਦਾ ਯਾਰ ਮੈਨੂੰ ਕੀ ਸਮਝਣਾ ਲੱਲੀਆਂ ਦਾ ਬਾਤ ਸਮਝਣਾ ਹਾਂਜੀ ਮੈਂ ਕੋਈ ਗਰੀਬ ਗੁਰਬਾ ਬੰਦਾ ਵਾਂ ਹਾਂਜੀ ਰੋਂਦੇ ਤੁਸੀਂ ਪੈਸਿਆਂ ਨੂੰ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਰੋਟੀ ਖਾਣ ਆ ਗਏ ਹੋ ਗੱਲਾਂ ਕਰਦੇ ਨੇ ਇੱਥੇ ਪੈਸੇ ਨਹੀਂ ਹੈਗੇ ਭਾਜੀ ਮੇਰੀ ਗੱਲ ਸੁਣੋ ਭਾਜੀ ਮੇਰੀ ਵੀ ਗੱਲ ਸੁਣੋ ਪੈਸੇ ਇੱਥੇ ਰੱਖ ਰੱਖ ਪੈਸੇ ਯਾਰ ਪਰੇ ਕਰ ਯਾਰ ਪੈਸੇ ਕੱਢ ਇੱਥੇ ਪੈਸੇ ਕੱਢ ਮੈਂ ਤੂੰ ਮੈਨੂੰ ਡਾਂਸ ਵਿਖਾਇਆ ਮੈਂ ਪੈਸੇ ਕੱਢਾਂ ਡਾਂਸ ਵਿਖਾਇਆ ਤੂੰ ਇੱਥੇ ਕੀ ਹੋਟਲ ਤੇ ਆਇਆ ਜਾਂ ਕਿਤੇ ਡਾਂਸ ਵੇਖਣ ਆਇਆ ਤੂੰ ਪੈਸੇ ਦੇ ਦੇ ਪੈਸੇ ਦੇ ਉਹ ਤੁਹਾਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਅਗਲਾ ਪੈਸੇ ਮੰਗਣਾ ਤੁਸੀਂ ਪੈਸੇ ਨਹੀਂ ਦੇਣ ਦੇ ਉਹ ਤੇ ਕਮਜ਼ੋਰ ਕਮਜ਼ੋਰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਸਿਹਤਮੰਦ ਨੂੰ ਗੱਲਾਂ ਕਰਦੇ ਇੱਧਰ ਪੈਸੇ ਉਹ ਮੇਰੀ ਇੱਕ ਮਿੰਟ ਯਾਰ ਪੈਸੇ ਇੱਕ ਮਿੰਟ ਮੈਂ ਦੇਣਾ ਦੇਣਾ ਪੈਸੇ ਇੱਕ ਮਿੰਟ ਨਹੀਂ ਨਹੀਂ ਤੂੰ ਲਾ ਦੇ ਹੁਣ ਲੈ ਪੈਸੇ ਤੇ ਗੱਲ ਕਰਨ ਆ ਛੱਡ ਅੱਛਾ ਦੇ ਦੇ ਜਾਂਦੇ ਆ ਇੱਧਰ ਆ ਜਾ ਹਾਜੀ ਸਾਹਿਬ ਦੇ ਦੇਣਾ ਹਾਜੀ ਸਾਹਿਬ ਤੇਰੇ ਲਮੰਗੇ ਨੇ ਕੱਟ ਓਏ ਮੇਰੀ ਗੱਲ ਸੁਣ ਯਾਰ ਓਏ ਛੁੜਾ ਓਏ ਹੁਣ ਤੈਨੂੰ